ਹੈਲੋ ਜੀ, ਸਤਿ ਸ਼੍ਰੀ ਅਕਾਲ। ਕਿਵੇਂ ਹੋ ਜੀ ਤੁਸੀਂ ਸਾਰੇ? ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਤੰਦਰੁਸਤੀ ਬਖਸ਼ਣ, ਚੜ੍ਹਦੀ ਕਲਾ ਬਖਸ਼ਣ ਜੀ। ਲਓ ਜੀ, ਮੋਰਨਿੰਗ ਦਾ ਟਾਈਮ ਆ ਅਤੇ ਦਿਨ ਹੈਗਾ ਅੱਜ ਵੀਰਵਾਰ ਦਾ ਦਿਨ ਆ ਜੀ। ਅੱਜ 19 ਤਰੀਕ ਆ ਅਤੇ ਸਵੇਰੇ ਸਵੇਰੇ ਦਾ ਟਾਈਮ ਆ। ਗੁਰਦੀਪ ਚਲੇ ਗਿਆ ਕੰਮ 'ਤੇ, ਯੁਵਰਾਜ ਰੈਡੀ ਆ, ਮੱਥਾ ਟੇਕਣ ਲੱਗਿਆ ਹੋਇਆ। ਪਹਿਲਾਂ ਉੱਧਰ ਮੱਥਾ ਟੇਕ ਕੇ ਆਉਂਦਾ ਹੁੰਦਾ, ਫਿਰ ਇੱਧਰ ਆਪਣੇ ਬਾਬਾ ਜੀ ਦੀ ਬੜੀ ਬੇਰੀ ਬਾਬਾ ਜੀ ਦੀ ਫੋਟੋ ਰੱਖੀ ਹੋਈ ਆ ਸਿੰਘ ਸ਼ਹੀਦਾਂ ਦੇ, ਜਿੱਥੇ ਅਸੀਂ ਜਾਂਦੇ ਹੁੰਦੇ ਹਾਂ ਮੱਥਾ ਟੇਕਣ, ਉੱਥੇ ਮੱਥਾ ਟੇਕਦਾ ਹੁੰਦਾ ਸੀ। ਅਤੇ ਇੱਥੇ ਮੰਮੀ ਲੱਗੇ ਹੋਏ ਨੇ ਪ੍ਰੈੱਸ ਕਰਨ, ਉਹ ਪਤਾ ਨਹੀਂ ਕੀ ਲੈਣ ਗਈ ਉੱਧਰੋਂ, ਚੁੰਨੀ ਕੱਢਣ ਗਏ ਨੇ ਸ਼ਾਇਦ। ਅਤੇ ਮੌਸਮ ਫਿਲਹਾਲ ਮੀਂਹ ਵਾਲਾ ਬਣਿਆ ਹੋਇਆ ਪੂਰਾ। ਹੈਲੋ ਕਰਦੇ, ਜਿਉਂਦਾ ਰਹੇ ਰੱਬ ਤੈਨੂੰ ਲੰਬੀ ਉਮਰ ਦੇ। ਕਾਗਜ਼ ਲੱਗਿਆ ਰਹਿ ਗਿਆ ਟੋਫੀ ਦਾ, ਇਹ ਤਾਂ ਅੰਦਰ ਵੀ ਸਿੱਟਿਆ ਜਾ ਸਕਦਾ ਸੀ, ਇਹ ਝਾੜੂ ਲਾਉਣਾ ਹੁਣ ਸਵੇਰੇ ਸਵੇਰੇ ਤਾਂ ਇਹਨੂੰ ਟੋਫੀ ਦੇਣੀ ਹੁੰਦੀ ਹੈ। ਮੇਰਾ ਵੀ ਜੀ ਕਰਿਆ ਹੁੰਦਾ, ਮੈਂ ਵੀ ਟੋਫੀ ਖਾ ਲੈਣੀ ਹੁੰਦੀ ਹਾਂ। ਹੁਣ ਆਪਾਂ ਮਿੱਠਾ ਖਾਣਾ, ਟੋਫੀਆਂ ਤੋਂ ਸਟਾਰਟ ਕਰਨਾ, ਟੋਫੀਆਂ ਚੋਕਲੇਟਾਂ, ਇਹਦੀ ਆਦਤ ਪਾਉਣੀ ਆ। ਪਹਿਲਾਂ ਹੁਣ ਇਹ ਖਾਇਆ ਕਰੂੰਗੀ ਵੀ ਟੋਫੀ ਖਾ ਸਕਾਂ, ਚੋਕਲੇਟ ਖਾ ਸਕਾਂ, ਫਿਰ ਵਧੀਆ ਲੱਗਿਆ ਕਰੂੰਗਾ। ਅਤੇ ਬੱਦਲ ਦੇਖੋ ਜੀ, ਐਨ ਬਣਿਆ ਹੋਇਆ ਪੂਰਾ, ਦੇਖੋ ਐਨ ਪੂਰਾ ਬਣਿਆ ਹੋਇਆ। ਕਣੀਆਂ ਇੱਕ ਵਾਰ ਤਾਂ ਪੈ ਚੁੱਕੀਆਂ ਨੇ, ਹਲਕੀਆਂ ਜਿਹੀਆਂ ਪਈਆਂ ਨੇ ਪਰ ਜ਼ਿਆਦਾ ਨਹੀਂ ਪਈਆਂ ਹੈਗੀਆਂ। ਵੀ ਕਣਮਿਣ ਜੀ ਸੀ ਯੂਵੀ ਦਾ ਫੇਵਰੇਟ ਕੰਮ, ਜਿਹੜਾ ਉਹਨੇ ਅੰਦਰੋਂ ਨਿਕਲ ਕੇ ਜ਼ਰੂਰ ਕਰਨਾ ਹੁੰਦਾ। ਹੁਣ ਹੱਸਣ ਲੱਗ ਗਿਆ, ਕਰ ਲਾ ਮੈਂ ਨਹੀਂ ਰੋਕਦੀ। ਹੈਂ, ਕਰ ਲਾ ਪੁੱਤ, ਬਾਏ, ਗੁੱਡ ਲੱਕ। ਅੱਜ ਹੱਥ ਪੇਪਰ ਹੈ ਨਹੀਂ ਕੋਈ, ਹੈ ਨਾ? ਅੱਜ ਤਾਂ ਨਹੀਂ, ਕੱਲ੍ਹ ਨੂੰ ਆ, ਹੈ ਨਾ? ਬਾਈ ਵਾ, ਇੱਥੇ ਆਊਗੀ ਭੈਣ। ਹੁਣ ਤਾਂ ਦਰਾਂ ਮੂਹਰੇ ਹੀ ਆਉਂਦੀ ਹੈ ਜੀ, ਕਈ ਦਿਨ ਹੋ ਗਏ ਭੈਣ ਆਪਣੇ ਦਰਾਂ ਮੂਹਰੇ ਇੱਥੇ ਆ ਜਾਂਦੀ। ਟੋਫੀ ਹੋ ਨਹੀਂ ਖੁੱਲਦੀ, ਮੈਂ ਤਾਂ ਟੋਫੀ ਨੇ ਉਲਝਾ ਲਿਆ। ਅਰਪਣ ਖੜੀ ਆ, ਹਾਂ, ਸਮੈਲ ਕਿਹੋ ਜਿਹੀ ਆਉਂਦੀ ਹੈ ਭੈੜੀ ਭੈੜੀ ਜੀ। ਆ ਜਾ, ਤੂੰ ਦੋ ਦਿਨ ਆਈ ਨਹੀਂ ਸਕੂਲ, ਇੱਕ ਦਿਨ ਨੰਬਰ ਛੱਡ ਗਈ ਸੀ ਕੱਲ ਲੋਰਾ। ਕਿੱਥੇ ਗਈ ਸੀ? ਲੋਰਾ। ਠੀਕ ਹੈ ਪੁੱਤ ਤੇਰਾ ਮਾਮਾ ਜੀ? ਹੁਣ ਜ਼ਿਆਦਾ ਸੱਟ ਤਾਂ ਨਹੀਂ ਵੱਜੀ? ਹੈਲੋ ਕਰਦੇ ਫਿਰ ਇੱਦਾਂ। ਹੁਣ ਆਪਾਂ ਕੇਕ ਕੱਟਣਾ ਇੱਕ ਦਿਨ, ਆਪਣੇ 10K ਹੋ ਗਏ, 10,000 ਸਬਸਕ੍ਰਾਈਬਰ ਹੋ ਗਏ। ਤੂੰ ਕਿਹਾ ਸੀ ਨਾ ਵੀ ਆਂਟੀ ਤੁਹਾਡੇ ਜਲਦੀ ਜਲਦੀ 10K ਹੋ ਜਾਣਗੇ, ਹੈ ਨਾ? ਆਪਾਂ ਕੇਕ ਕੱਟਣਾ, ਜਿੱਦਣ ਮੈਂ ਕੱਟਣਾ ਹੋਊ ਫਿਰ ਮੈਂ ਤੈਨੂੰ ਦੱਸੂੰਗੀ, ਫਿਰ ਤੂੰ ਆ ਜਾਈ, ਠੀਕ ਆ? ਹਾਂ, ਅਭਿਜੋਤ ਨੂੰ ਵੀ ਲਿਆਈ ਨਾਲ। ਅੱਜ ਇਹ ਲਾ, ਆਹ ਹੁੰਦਾ ਛੋਟੇ ਬੱਚਿਆਂ ਦੀ ਗੱਲ, ਇੱਧਰ ਦਿਖਾਈ ਮੂੰਹ ਆਪਣਾ ਤੂੰ ਵੀ। ਆਹ ਦੇਖੋ ਜੀ, ਇਹਦਾ ਆਈ ਕਾਰਡ ਕਿੱਥੇ ਆ? ਜੇਬ 'ਚ। ਉਹਦਾ ਆਈ ਕਾਰਡ ਕਿੱਥੇ ਆ? ਗਲ 'ਚ। ਦੇਖ ਲਾ ਫਿਰ ਕਿੰਨਾ ਫਰਕ ਆ। ਹੁਣ ਮੂੰਹ ਪਾਸੇ ਕਰਦਾ ਦੇਖੋ ਜੀ, ਇਹ ਹੁੰਦਾ ਛੋਟੇ ਵੱਡੇ ਬੱਚਿਆਂ ਦਾ ਕੰਮ, ਹੈ ਨਾ? ਵੀ ਆਈ ਕਾਰਡ ਤਾਂ ਲਵੇ ਵਿੱਚ ਪਾ ਕੇ ਜੇ ਗਲ 'ਚ ਰੱਖਣਾ ਚਾਹੀਦਾ, ਹੈ ਨਾ? ਜੇਬ 'ਚ ਪਾਉਣ ਨੂੰ ਥੋੜ੍ਹੇ ਟੀਚਰ ਦਿੰਦੇ ਨੇ ਆਈ ਕਾਰਡ, ਗੰਦਾ ਬੱਚਾ ਜੂਬੀ ਦਾ, ਹੈ ਨਾ ਕਿ ਨਹੀਂ? ਚਲੋ ਠੀਕ ਆ, ਬਾਏ ਜੀ। ਬਾਏ ਪੁੱਤ, ਇੱਥੇ ਦਰਾਂ ਮੂਹਰੇ ਆਊ ਭੈਣ? ਇੱਥੇ ਬੱਚਿਆਂ ਨੂੰ ਬੈਨ ਕੋਲ ਛੱਡ ਕੇ ਜੀ, ਉਹਨਾਂ ਨਾਲ ਪੰਗੇ ਪੁੰਗੇ ਲੈ ਕੇ, ਹੈ ਨਾ, ਮੈਂ ਆ ਗਈ ਸੀ ਅੰਦਰ, ਅਤੇ ਇਹਨਾਂ ਦੀ ਬੈਨ ਵੀ ਬਸ ਆ ਗਈ ਸੀ, ਹੋਰਨ ਲੱਗ ਗਿਆ ਸੀਗਾ ਵੱਜਣ ਇੱਥੇ ਮੋੜ 'ਤੇ ਹੀ। ਹੁਣ ਇੱਧਰਲੀ ਸਾਈਡ ਆਉਂਦੀ ਆ, ਕਿਉਂਕਿ ਦੂਈ ਸਾਈਡ ਨਾ
ਪਹਿਲਾਂ ਘੁੰਮ ਕੇ ਆਉਂਦੀ ਹੁੰਦੀ ਸੀ, ਉੱਧਰ ਸੜਕ ਪੱਟੀ ਹੋਈ ਆ। ਹੁਣ ਦਰਾਂ ਮੂਹਰੇ ਚੜ੍ਹਦੇ ਨੇ, ਦਰਾਂ ਮੂਹਰੇ ਉੱਤਰ ਜਾਂਦਾ ਜੀ, ਇਹ ਤਾਂ ਬਹੁਤ ਫਾਇਦਾ ਹੈ, ਹੈ ਨਾ, ਕੋਲੋਂ ਹੀ ਚੜ੍ਹਨਾ ਹੁੰਦਾ, ਕੋਲੋਂ ਹੀ ਉਤਰਨਾ ਹੁੰਦਾ। ਅਤੇ ਅਰਪਣ ਨੂੰ ਬੜਾ ਚਾਅ ਆ ਮੇਰੇ ਟੈਨਕੇ ਦਾ, ਸੱਚੀ ਦੱਸਦੀ ਆ ਤੁਹਾਨੂੰ। ਇੱਥੇ ਮੰਮੀ ਲੱਗੀ ਆ ਮੰਗੋ ਨੂੰ ਜੀ, ਖੇਡ ਖੜਾਉਣ, ਹੱਥ 'ਤੇ ਧਰ ਧਰ ਖਾਊ, ਆਏ ਟੱਪਦੀ ਵੱਧ ਆ, ਖਾਂਦੀ ਘੱਟ ਆ, ਹੈ ਨਾ। ਹੁਣ ਤਾਂ ਕੱਲ੍ਹ ਦੀ ਠੀਕ ਆ ਇਹ, ਕੱਲ੍ਹ ਦੀ ਤਾਂ ਠੀਕ ਆ ਜੀ, ਟੈਕ ਦੋ ਟੀਕੇ ਹੋਰ ਲਵਾ ਦੇਣੇ ਨੇ ਆਪਾਂ ਜੇ ਨਾ ਠੀਕ। ਕੋਲ ਨੂੰ ਹੋ ਜਾ ਰੱਸਾ ਖਿੱਚਣਾ ਪੈਂਦਾ ਉਹਨੂੰ ਵਿਚਾਰੀ ਨੂੰ, ਥੋੜ੍ਹਾ ਜਿਹਾ ਕੋਲ ਜੇ ਇਹਨੂੰ ਕਰ ਲਾ ਹੱਥ, ਉਹਨੂੰ ਉੱਨੀ ਖਿੱਚ ਕੇ ਉਹ ਕਰਦੀ ਆ ਉਹ। ਭਿਉਂ ਕੇ ਨਹੀਂ ਠੀਕ ਰਹੋ ਹੁੰਦੀ ਹੈ, ਮੈਂ ਭਿਉਂ ਕੇ ਨਹੀਂ ਸੀ ਠੀਕ ਰਹਿਣੀ। ਇਹ ਨਿਆਣੀ ਆ ਵਿਚਾਰੀ ਨੂੰ, ਇਹਨੂੰ ਕੀ ਪਤਾ ਹਜੇ, ਚੱਲ ਖਾ ਚੱਲ ਵੱਡੀਆਂ ਤਾਂ ਖਾ, ਫਿਰ ਹੱਥ ਵੱਧ ਖਾਂਦੀ ਆ, ਵੀੜ ਘੱਟ ਖਾਂਦੀ ਆ। ਮੰਗੋ ਹਜੇ ਇਹਨੂੰ ਆਪਣੇ ਨਾਂ ਦਾ ਵੀ ਪਤਾ ਨਹੀਂ ਲੱਗਿਆ, ਹੈ ਨਾ। ਅੱਗੇ ਆਪਣੇ ਆਪ ਕੱਟੀ ਤਾਂ ਉਹ ਚੱਕ ਲੈਂਦੀ ਹੁੰਦੀ ਸੀ, ਜਦੇ ਉਹਦਾ ਕੀ ਨਾਂ ਰੱਖਿਆ ਸੀ ਆਪਾਂ, ਭੁੱਲ ਗਈ ਮੈਂ ਤਾਂ। ਹਾਂ ਰੱਖਿਆ ਸੀ ਕੋਈ ਆਪਾਂ, ਕੀ ਰੱਖਿਆ ਸੀ, ਕਿਹੜੇ ਦਿਨ ਸੂਈ ਸੀ ਉਹ ਪਤਾ ਨਹੀਂ ਭਾਈ, ਆਈ ਸੀਗੀ। ਬੱਦਲ ਤਾਂ ਭਾਈ ਪਤਾ ਨਹੀਂ ਕੀ ਕਰਨਾ। ਹਾਂ ਦੇਖੋ ਜੀ, ਬੱਦਲ ਦਾ ਐਨ ਕਾਲੀ ਘਾਟ ਫਿਰ ਦੁਬਾਰਾ ਬਣੀ ਪਈ ਆ, ਦੇਖੋ ਐਨ ਪੂਰੀ ਕਾਲੀਆਂ ਘਾਟਾਂ ਬਣੀਆਂ ਪਈਆਂ ਨੇ। ਇੱਟਾਂ ਦੀ ਜਿੱਦਾਂ ਇੱਟਾਂ ਤਾਂ ਲੱਗਣੀਆਂ ਹੀ ਕੀ ਨੇ ਜੀ ਆਪਣੀਆਂ ਹੁਣ, ਪਰ ਫਸਲਾਂ ਨੂੰ ਵੀ ਖਰਾਬ ਏ ਕਰੂਗਾ, ਹੁਣ ਤਾਂ ਫਸਲਾਂ ਲਈ ਵੀ ਮਾੜਾ ਹੀ ਆ ਇਹ। ਮੰਮੀ ਲੱਗੇ ਹੋਏ ਸੀਗੇ ਮੰਗੋ ਨੂੰ ਫੀਡ ਖਿਲਾਉਣ, ਹੈ ਨਾ। ਹੁਣ ਨਾ ਉਹ ਇੰਜੈਕਸ਼ਨ ਲਵਾਏ ਨੇ ਜਿੱਦਣ ਦੇ ਆਪਾਂ, ਹੈ ਨਾ, ਇੰਨੀ ਵਧੀਆ ਹੋ ਗਈ ਵੀ, ਕਹਿਣ ਦਾ ਭਾਵ ਵੀ, ਹੈ ਨਾ, ਹੁਣ ਖੇਡਦੀ ਵੀ ਆ, ਬੈਠਦੀ ਵੀ ਆ, ਅੱਗੇ ਸਿਰ ਜਿਹਾ ਸਿੱਟ ਕੇ ਬੈਠੀ ਰਹਿੰਦੀ ਸੀਗੀ, ਹੈ ਨਾ, ਉਹਨੂੰ ਦੇਖ ਕੇ ਇੰਨੀ ਖੁਸ਼ੀ ਹੁੰਦੀ ਹੈ ਜੰਚੀ। ਮੈਨੂੰ ਕੋਈ ਪਸ਼ੂਆਂ ਦਾ ਜ਼ਿਆਦਾ ਹੈ ਤਾਂ ਹੈ ਨਹੀਂ ਲਗਾ, ਪਰ ਇਹਦੇ ਨਾਲ ਮੇਰਾ ਵੀ ਨਾ ਇੱਕ ਅਲੱਗ ਜਿਹੇ ਤਰ੍ਹਾਂ ਦਾ ਲਗਾਅ ਹੋ ਗਿਆ, ਕਿਉਂਕਿ ਜਿਹਦੇ ਨਾਲ ਆਪਾਂ ਹਰ ਵਕਤ ਉਹਨੂੰ ਕੋਲ, ਹੁਣ ਮੈਂ ਜਾਂਦੀ ਰਹਿੰਦੀ, ਉਹਨੂੰ ਦੇਖਦੀ ਰਹਿੰਦੀ ਹਾਂ ਵੀ ਕਿਵੇਂ ਆ ਕਿਵੇਂ ਨਹੀਂ, ਫਿਰ ਐਂ ਰਹਿੰਦਾ ਮਨ ਨੂੰ, ਹੈ ਨਾ, ਵੀ ਠੀਕ ਦੇਖ ਕੇ ਹੁਣ ਉਹਨੂੰ ਤਸੱਲੀ ਜਿਹੀ ਮਿਲਦੀ ਆ ਵੀ ਵਧੀਆ ਵਧੀਆ ਲੱਗਦਾ ਵੀ ਹਾਂ ਠੀਕ ਹੋ ਗਈ। ਅਤੇ ਉਸ ਤੋਂ ਬਾਅਦ ਆ ਗਈ ਸੀ ਜੀ, ਮੈਂ ਬਿਸਤਰੇ ਵਗੈਰਾ ਚੱਕੇ ਰੂਮ 'ਚ ਆ ਗਈ ਸੀ, ਬੈੱਡਸ਼ੀਟ ਆਪਾਂ ਝਾੜ ਦਾਂਗੇ, ਬੈੱਡਸ਼ੀਟ ਦਾ ਨਾ ਮੈਂ ਸਾਈਡ ਚੇਂਜ ਕਰ ਲਈ ਸੀ, ਕਿਉਂਕਿ ਦੇਖੋ ਜਿਹੜਾ ਮੂਹਰਲਾ ਬੈੱਡ ਆ, ਹੈ ਨਾ, ਇਹਦੇ 'ਤੇ ਹੀ ਜ਼ਿਆਦਾ ਬੈਠਦੇ ਹਾਂ ਆਪਾਂ, ਇਹਦੇ 'ਤੇ ਯੁਵਰਾਜ ਨੇ ਜੋ ਕੁਛ ਖਾਣਾ ਪੀਣਾ ਇੱਥੇ ਹੀ ਬੈਠ ਕੇ ਖਾਣਾ ਹੁੰਦਾ, ਫਿਰ ਬੱਚੇ ਤਾਂ ਤੁਹਾਨੂੰ ਪਤਾ ਇੱਕ ਅੱਧੀ ਚੀਜ਼ ਗਿਰੇ ਦਿੰਦੇ ਨੇ। ਵੈਸੇ ਤਾਂ ਹਫ਼ਤੇ ਬਾਅਦ ਮੈਂ ਚਾਦਰ ਬੈੱਡਸ਼ੀਟ ਪੂਰੀ ਹਫ਼ਤੇ ਬਾਅਦ, ਹਾਂਜੀ, ਚੇਂਜ ਕਰਦੀ ਉਹ ਕਰਦੀ ਹਾਂ, ਕੀ ਕਹਿਣਾ, ਕਦੇ ਨਹਿੰਗੇ ਦੋ ਚਾਰ ਦਿਨ ਉੱਤੇ, ਨਹੀਂ ਤਾਂ ਹਫ਼ਤੇ ਬਾਅਦ ਆਪਾਂ ਚੱਕ ਦਿੰਦੇ ਹੁੰਦੇ ਹਾਂ। ਪਰ ਅੱਜ ਹੁਣ ਆ ਮੌਸਮ ਫਿਰ ਬੱਦਲਵਾਈ ਜੀ ਬਣੀ ਹੋਈ ਸੀ, ਫਿਰ ਮੈਂ ਸਾਈਡ ਚੇਂਜ ਕਰਕੇ ਵਿਛਾਤੀ, ਜੁਗਾੜ ਕਰ ਲਿਆ ਦੇਸੀ, ਮੈਂ ਕਿਹਾ ਚਲੋ, ਹੈ ਨਾ, ਇੱਕ ਮਿਡਲ ਕਲਾਸ ਫੈਮਲੀ ਦੀ ਔਰਤ ਆ ਨਾ, ਇਹੋ ਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਤਾਂ ਕਰਦੀ ਹੋ ਰਹਿੰਦੀ ਹੈ, ਸੋਚਦੀ ਹੋ ਰਹਿੰਦੀ ਹੈ ਵੀ ਇੱਦਾਂ ਨਹੀਂ ਇੱਦਾਂ ਕਰ ਲਓ, ਇੱਦਾਂ ਨਹੀਂ ਇੱਦਾਂ ਕਰ ਲਓ। ਅਤੇ ਉਸ ਤੋਂ ਬਾਅਦ ਜੀ ਬੈੱਡਸ਼ੀਟ ਵਗੈਰਾ ਝਾੜ ਕੇ ਆਪਾਂ ਲਾਤਾ ਸੀ ਝਾੜੂ। ਮੈਂ ਨਾ ਹੁਣ ਇੱਕ ਦਿਨ ਤੁਹਾਨੂੰ ਆਪਣੀ ਮਿਡਲ ਕਲਾਸ ਸਾਰੇ ਹੁੰਦੇ ਨੇ ਜਿਹੜੇ ਫੈਮਲੀਜ਼ ਨੇ, ਹੈ ਨਾ, ਜਿਵੇਂ ਹੁੰਦੀਆਂ ਨੇ, ਉਹਨਾਂ ਦਾ ਮੈਂ ਹੋਮ ਟੂਰ ਦੇਣਾ ਤੁਹਾਨੂੰ, ਆਪਣੇ ਘਰ 'ਚ ਦਿਖਾਉਣਾ ਵੀ ਆਪਣੀਆਂ ਕਿਹੜੀਆਂ ਸਾਰੀਆਂ ਆਦਤਾਂ ਸੇਮ ਹੁੰਦੀਆਂ ਨੇ। ਮੈਂ ਬਹੁਤ ਜਲਦ ਉਹ ਵੀਡੀਓ ਲੈ ਕੇ ਆਊਂਗੀ ਵੀ ਉਹ ਆਪਾਂ ਸ਼ੇਅਰ ਕਰਾਂਗੇ, ਫਿਰ ਤੁਸੀਂ ਵੀ ਦੱਸਿਓ ਵੀ ਤੁਹਾਡੀਆਂ ਵੀ ਆਦਤਾਂ ਮੇਰੇ ਨਾਲ ਦੀਆਂ ਹੀ ਨੇ, ਸੇਮ ਸੇਮ ਨੇ ਸਾਡੇ ਨਾਲ ਦੀਆਂ ਹੀ। ਅਤੇ ਲਓ ਜੀ, ਇੱਥੇ ਆਪਾਂ ਝਾੜੂ ਲਾਉਣ ਲੱਗ ਗਏ ਸੀ ਅਤੇ ਇੱਕ ਭੈਣ ਨੇ ਜੀ ਮਨਪ੍ਰੀਤ ਕੌਰ ਜੀਰਾ ਤੋਂ, ਹੈ ਨਾ, ਉਹ ਉਹਨਾਂ ਨੇ ਵੀਡੀਓ 'ਤੇ ਕੱਲ੍ਹ ਵਾਲੀ ਅਤੇ ਕੱਲ੍ਹ ਕਿ ਪਰਸੋਂ ਵਾਲੀ 'ਤੇ ਕਮੈਂਟ ਕੀਤਾ ਸੀਗਾ। ਕਈ ਵਾਰ ਕਮੈਂਟ ਲੇਟ ਸ਼ੋ ਹੁੰਦਾ, ਮੈਨੂੰ ਹੋਇਆ ਨਹੀਂ ਸੀ, ਫਿਰ ਮੈਂ ਨੈਕਸਟ ਡੇ ਉਹਨਾਂ ਦਾ ਆਂਸਰ ਦਿੱਤਾ ਅਤੇ ਉਹ ਕਹਿੰਦੇ ਸੀਗੇ ਜਿਹੜਾ ਮੈਂ ਫੇਸ ਪੈਕ ਵਿਧੀ ਤੁਸੀਂ ਸ਼ੇਅਰ ਕੀਤਾ ਵੀ ਮੈਂ ਉਹ ਟਰਾਈ ਕੀਤਾ ਅਤੇ 4-5 ਵਾਰ ਲਾ ਕੇ ਹੀ ਮੇਰੇ ਫੇਸ 'ਤੇ ਬੜਾ ਗਲੋ ਆ ਗਿਆ। ਥੈਂਕ ਯੂ ਭੈਣੇ, ਥੈਂਕ ਯੂ ਸੋ ਮਚ ਜੀ, ਟਰਾਈ ਕਰੋ। ਹਾਂਜੀ,
ਟਾਈਮ ਜ਼ਰੂਰ ਲੱਗਦਾ ਕਿਸੇ ਵੀ ਚੀਜ਼ ਨੂੰ, ਪਰ ਰਿਜ਼ਲਟ ਜ਼ਰੂਰ ਮਿਲੂਗਾ, ਕਿਉਂਕਿ ਜੋ ਚੀਜ਼ ਮੈਂ ਆਪ ਵਰਤੀ ਹੁੰਦੀ ਆ ਉਹੀ ਤੁਹਾਨੂੰ ਦੱਸਦੀ ਹਾਂ, ਨਹੀਂ ਤਾਂ ਮੈਂ ਹੋਰ ਕੋਈ ਗੱਲ ਚੀਜ਼ ਤੁਹਾਡੇ ਨਾਲ ਸ਼ੇਅਰ ਨਹੀਂ ਕਰਦੀ, ਕਿਉਂਕਿ ਦੇਖੋ ਜੀ ਬਿਊਟੀ ਚੈਨਲ ਬਹੁਤ ਨੇ ਜੇ ਆਪਾਂ ਦੇਖਣੇ ਹੋਣ ਉਹਦੇ 'ਤੇ ਤੁਸੀਂ ਦੇਖ ਸਕਦੇ ਹੋ, ਪਰ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰ ਲੈਂਦੀ ਹੁੰਦੀ ਹਾਂ ਇਹੋ ਜਿਹੇ ਫੇਸ ਪੈਕ ਹੋ ਗਏ, ਜਿਵੇਂ ਹੇਅਰ ਪੈਕ ਹੋ ਗਏ ਜਾਂ ਕੋਈ ਵੀ ਆ, ਹੈ ਨਾ, ਵੀ ਮੈਨੂੰ ਇਹ ਹੁੰਦਾ ਮੈਂ ਵਰਤੀ ਹੋਈ ਹੈ ਚੀਜ਼, ਵੀ ਵਰਤ ਕੇ ਉਹਦਾ ਰਿਜ਼ਲਟ ਲਿਆ ਹੁੰਦਾ ਹੈ, ਤਾਂ ਮੈਂ ਤੁਹਾਡੇ ਨਾਲ ਗਾਹਾਂ ਸ਼ੇਅਰ ਕਰ ਲੈਂਦੀ ਹਾਂ, ਵੀ ਚਲੋ ਤੁਹਾਨੂੰ ਵੀ ਦੱਸ ਦਿੰਦੀ ਹਾਂ, ਠੀਕ ਹੈ ਜੀ। ਅਤੇ ਲਓ ਜੀ ਇੱਥੇ ਆਪਾਂ ਲਾਤਾ ਸੀ ਝਾੜੂ, ਅਤੇ ਇੱਕ ਨੇ ਜੀ ਗੈਵੀ ਪ੍ਰੀਤ, ਥੈਂਕ ਯੂ ਸੋ ਮੱਚ ਜੀ ਸਾਰਿਆਂ ਦੇ ਬਹੁਤ ਧੰਨਵਾਦ। ਇੱਥੇ ਮੈਂ ਲੱਗ ਗਈ ਸੀਗੀ ਜੀ ਫਰਿੱਜ ਸਾਫ਼ ਕਰਨ, ਕਾਫ਼ੀ ਦਿਨ ਹੋ ਗਏ ਸੀਗੇ, ਡੀਪ ਕਲੀਨਿੰਗ ਤਾਂ ਕਰੀ ਹੋਈ ਸੀਗੀ ਪਰ ਫਿਰ ਵੀ ਇਹ ਹੁੰਦਾ ਵੀ ਹਫ਼ਤੇ ਦੇ ਵਿੱਚ ਇੱਕ ਵਾਰ ਇਸ ਤਰ੍ਹਾਂ ਸਮਾਨ ਚੱਕ ਕੇ ਨਾ ਮੈਂ ਸਾਰੇ ਕੋਟਨ ਦੀ ਜਿਹੜੀ ਆਪਣੀ ਬਨੈਣਾ ਹੁੰਦੀਆਂ ਨੇ ਜਾਂ ਕੋਟਨ ਦਾ ਕੋਈ ਵੀ ਕੱਪੜਾ ਹੈ, ਹੈ ਨਾ, ਆਪਾਂ ਲੈ ਕੇ ਚੰਗੀ ਤਰ੍ਹਾਂ ਇੱਕਣ ਕਲੀਨ ਕਰ ਦੇਣੀ ਹੁੰਦੀ ਹਾਂ, ਵੀ ਇਹਦੇ ਨਾਲ ਫਿਰ ਬਹੁਤ ਵਧੀਆ ਵਧੀਆ ਲੱਗਦਾ ਆਪ ਨੂੰ, ਵੀ ਐਂ ਹੁੰਦਾ ਵੀ ਸਾਫ਼ ਸਾਫ਼ ਹੋ ਗਈ, ਹੈ ਨਾ, ਕਿਉਂਕਿ ਚੀਜ਼ ਕੋਈ ਨਾ ਕੋਈ ਡੁੱਲੇ ਜਾਂਦੀ ਹੈ। ਕਹਿੰਦੀ ਕੱਲ ਤਾਂ ਮੈਂ ਡਰ ਗਈ ਦੇਖ ਕੇ, ਕਹਿੰਦੀ ਇਹ ਤਾਂ ਕਹਿੰਦੀ ਮਹਾਰਾਜੇ ਇਹ ਤਾਂ ਹੋਰ ਕੁਛ ਬਣਿਆ ਪਿਆ ਬਾਹਰ, ਮੈਂ ਲੋਟ ਤਾਂ ਆ ਗਈ, ਕਹਿੰਦੀ ਕੱਲ ਨੂੰ ਹੱਥ ਮਾੜਾ ਜਿਹਾ ਲੱਗਦਾ ਫਰਕ ਮਾਰਿਆ ਵੀ ਹੌਲੀ ਹੌਲੀ ਪਈ ਬੰਨੀ ਕਰਕੇ ਨਾ ਬੰਨੀ ਚਿੱਬੀ ਹੋਈ ਚਿੱਬੀ ਜੀ, ਕਹਿੰਦੀ ਫਿਰ ਤਾਂ ਚਿੱਬੀ ਹੋਈ ਆ ਬਾਹਰ ਟੁੱਟੀ, ਕਹਿੰਦੀ ਮਹਾਰਾਜ ਤਾਂ ਹੋਰ ਕੁਛ ਬਣ ਗਿਆ ਬਾਹਰ ਦਾ ਤਾਂ। ਇੱਥੇ ਨਾ ਮੇਰੀ ਨਣਦ ਦਾ ਆਇਆ ਹੋਇਆ ਸੀ ਅਰਸ਼ ਦਾ ਫੋਨ, ਹੈ ਨਾ, ਉਹਦੀਆਂ ਹੀ ਅਸੀਂ ਗੱਲਾਂ 'ਤੇ ਹੱਸ ਰਹੇ ਸੀ, ਉਹਦੀ ਬਾਂਹ ਦਾ ਫਾਈਨਲੀ ਪਲਸਤਰ ਖੁੱਲ੍ਹ ਗਿਆ, ਹੈ ਨਾ, ਵਾਹਿਗੁਰੂ ਦਾ ਸ਼ੁਕਰ ਆ ਜੀ, ਹੈ ਨਾ, ਵੀ ਖੁੱਲ੍ਹ ਗਿਆ ਅਤੇ ਜੋੜ ਵੀ ਠੀਕ ਠਾਕ ਲੱਗ ਗਿਆ, ਬਿਲਕੁਲ ਠੀਕ ਆ, ਹੈ ਨਾ। ਡਾਕਟਰ ਉਹਨੂੰ ਕਹਿੰਦਾ ਨਾ ਹਲਕੀ ਹਲਕੀ ਵੀ ਐਕਸਰਸਾਈਜ਼ ਕਰਿਆ ਕਰੋ, ਕਹਿੰਦੀ ਨਾ ਜੀ ਬਾਂਹ ਨਹੀਂ ਹਿਲਾਉਣੀ ਹੈ ਕਿ ਮੈਨੂੰ ਤਾਂ ਕਿਹਾ ਦੁਬਾਰਾ ਟੁੱਟ ਜੂਗੀ, ਸਾਰਿਆਂ ਨੇ ਕਿਹਾ, ਉਹ ਕਹਿੰਦਾ ਕਿਹਨੇ ਕਿਹਾ, ਕਹਿੰਦੀ ਜਿਹੜੀ ਖਬਰਾਂ ਨੂੰ ਆਉਂਦੇ ਹੁੰਦੇ ਨੇ, ਉਹ ਕਹਿੰਦਾ ਡਾਕਟਰ ਮੈਂ ਕੌਣ ਹੈ, ਇੰਨਾ ਹਾਸਾ ਕਿਹੜਾ ਹੈ, ਕਹਿੰਦੀ ਮੈਂ ਤਾਂ ਰੋਣ ਲੱਗੀ, ਭਾਅ ਜੀ ਵੀ ਦੱਸਣ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਕਹਿੰਦੇ ਇਹ ਤਾਂ ਰੋਵੇ ਉੱਥੇ ਦੇਖੇ ਵੀ ਮੇਰੀ ਤਾਂ ਬਾਂਹ ਬਿੰਗੀ ਟੇਢੀ ਹੋਈ ਆ, ਉਹ ਐਂ ਹੋ ਗਿਆ ਨਾ ਪਲਸਤਰ ਘੁੱਟ ਕੇ ਬੰਨੇ ਕਰਕੇ ਜੀ, ਹਜੇ ਟਾਈਟ ਬੰਨਣ ਕਰਕੇ ਨਾ ਐਂ ਲੱਗਦਾ ਉਹਨੂੰ ਵੀ ਬਾਂਹ ਹੋ ਨਹੀਂ, ਜਿਉਂ ਜਿਉਂ ਹੁਣ ਜ਼ੋਰ ਭਰੂਗਾ ਫਿਰ ਹੌਲੀ ਹੌਲੀ ਠੀਕ ਹੋ ਜੂਗਾ, ਬਹੁਤ ਹਾਸੇ ਕਢਾਉਂਦੀ ਹੈ ਜੀ, ਉਹੀ ਮੈਂ ਅਤੇ ਮੰਮੀ, ਹੁਣ ਉਹਦਾ ਫੋਨ ਆਇਆ ਹੋਇਆ ਸੀ, ਮੈਂ ਗੱਲ ਕਰ ਹਟੀ ਸੀਗੀ ਇੱਥੇ, ਅਤੇ ਮੰਮੀ ਅਤੇ ਡੈਡੀ ਜੀ ਗੱਲ ਕਰਨ ਲੱਗੇ ਹੋਏ ਸੀਗੇ, ਉਹੀ ਦੱਸ ਰਹੀ ਸੀ ਸਾਨੂੰ ਵੀ ਡਾਕਟਰ ਆਏ, ਕਹਿੰਦਾ ਮੈਂ ਐਂ ਕੀਤਾ, ਕਹਿੰਦੀ ਮੈਂ ਤਾਂ ਡਾਕਟਰ ਦੇ ਜਾ ਕੇ ਰੋਣ ਲੱਗ ਗਈ, ਮੈਂ ਕਿਹਾ ਸ਼ਾਬਾਸ਼ ਤੇਰੇ, ਮੈਂ ਭਾਅ ਜੀ ਨੂੰ ਹੱਸਣ ਲੱਗ ਗਈ, ਮੈਂ ਕਿਹਾ ਤੁਸੀਂ ਪਰੇ ਹੋ ਕੇ ਖੜ ਜਾਣਾ ਸੀ, ਕਹਿ ਦੇਣਾ ਸੀ ਵੀ ਮੈਂ ਤਾਂ ਜਾਣਦਾ ਨਹੀਂ ਕੌਣ ਹੈ, ਵੀ ਇਹ ਤਾਂ ਪਤਾ ਨਹੀਂ ਕੌਣ ਆ, ਮੈਂ ਕਿਹਾ ਆਪਣੀ ਬੇਇੱਜ਼ਤੀ ਕਰਾਉਂਦੀ ਆ, ਇੱਦਾਂ ਹੀ ਹੱਸਦੇ ਸੀ, ਭਾਅ ਜੀ ਦੱਸਣ ਲੱਗੇ ਹੋਏ ਸੀ, ਕਹਿੰਦੇ ਇੰਨਾ ਰੋਈ ਬਹੁਤ ਉੱਥੇ, ਕਹਿੰਦਾ ਕਹਿੰਦੀ ਹਲਾਓ ਨਾ, ਠੀਕ ਆ ਜੀ ਫਾਈਨਲੀ ਉਹ ਹਲਕੀ ਫੁਲਕੀ ਐਕਸਰਸਾਈਜ਼ ਦੱਸੀ ਆ ਡਾਕਟਰ ਨੇ, ਜਿਵੇਂ ਜਿਵੇਂ ਦੱਸੀ ਆ ਉਦਾਂ ਉਦਾਂ ਕਰੂਗੀ,
ਅਤੇ ਉਸ ਤੋਂ ਬਾਅਦ ਫਰਿੱਜ ਸਾਫ਼ ਕਰਕੇ ਜੀ ਇੱਥੇ ਲੱਗ ਗਈ ਸੀਗੀ ਮੈਂ ਸਿੰਕ ਕਲੀਨ ਕਰਨ, ਕਿਚਨ ਕਾਊਂਟਰ ਵਗੈਰਾ ਸਾਰਾ ਕੁਛ ਮੇਰਾ ਸਾਫ਼ ਕੀਤਾ ਹੋਇਆ ਸੀ, ਭਾਂਡੇ ਧੋਤੇ ਹੋਏ ਸੀਗੇ। ਮੈਂ ਕਿਹਾ ਚਲੋ ਆਹ ਸਿੰਕ ਵੀ ਥੋੜ੍ਹੀ ਜਿਹੀ ਕਲੀਨ ਕਰ ਦਈਏ, ਹੈ ਨਾ। ਵੈਸੇ ਤਾਂ ਦੇਖੋ ਆਪਾਂ ਡੇਲੀ ਦੋ ਵਾਰ ਕਰਦੇ ਹੀ ਹਾਂ ਜੀ, ਇੱਕ ਵਾਰ ਸਵੇਰੇ ਕਰਦੇ ਹਾਂ ਕੰਮ ਕੁੰਮ ਖਤਮ ਕਰਕੇ, ਇੱਕ ਵਾਰ ਰਾਤ ਨੂੰ ਕਰਦੇ ਹੀ ਕਰਦੇ ਹਾਂ। ਮੈਨੂੰ ਤਾਂ ਵੈਸੇ ਵੀ ਆਦਤ ਆ, ਮੈਂ ਤਾਂ ਦਿਨ 'ਚ ਜਿੰਨੀ ਵਾਰ ਵੀ ਭਾਂਡੇ ਧੋਨੀ ਉੰਨੀ ਵਾਰ ਸਰਫ ਵਾਲੀ ਲੀਰ ਫੇਰ ਦਿੰਦੀ ਹਾਂ, ਪਰ ਇਹ ਸਿੰਕ ਸਾਡੀ ਥੋੜ੍ਹੀ ਜਿਹੀ ਜ਼ਿਆਦਾ ਵਧੀਆ ਨਹੀਂ ਨਿਕਲੀ ਹੈਗੀ, ਵੀ ਪਾਣੀ ਦੇ ਦਾਗ ਦਾਗ ਜੇ ਬਹੁਤ ਜ਼ਿਆਦਾ। ਸਟੀਲ ਵਧੀਆ ਨਹੀਂ ਹੈਗਾ, ਕਹਿਣ ਦਾ ਭਾਵ ਆ ਸਟੀਲ ਵਧੀਆ ਨਹੀਂ ਹੈਗਾ। ਚਲੋ ਸਾਫ਼ ਕਰਤੀ ਸੀਗੀ ਚੰਗੀ ਤਰ੍ਹਾਂ, ਮੈਂ ਕਿਹਾ ਬਸ ਹੁਣ ਮੈਂ ਨਹਾ ਕੇ ਆਉਂਦੀ ਹਾਂ, ਵੀ ਪਹਿਲਾਂ ਇਹੀ ਰਹਿ ਗਈ ਸੀਗੀ ਬਸ ਮੇਰੀ ਸਾਫ਼ ਕਰਨ ਤੋਂ। ਉਸ ਤੋਂ ਬਾਅਦ ਹੁਣ ਨਹਾਉਂਦੇ ਹਾਂ ਜੀ, ਫਿਰ ਦੇਖਦੇ ਹਾਂ ਹੋਰ ਕੀ ਕੰਮ ਸਾਜਦੇ ਹਾਂ। ਨਹਾ ਕੇ ਆਈ ਹੋ ਸੀਗੀ ਜੀ, ਜਾਨੂ ਆ ਗਏ ਸੀਗੇ, ਇਹ ਮੇਰੇ ਮਾਮਾ ਜੀ ਦੀ ਕੁੜੀ ਭਾਅ ਜੀ ਅਤੇ ਮੰਮੀ, ਰਤਨ ਪਾਉਣ ਵਾਲੇ ਮੇਰੇ ਪੇਕੇ ਵਾਲੇ ਮੰਮੀ ਆ ਗਏ ਸੀਗੇ, ਇਹ ਆ ਗਏ ਸੀ, ਇਹ ਆਏ ਸੀਗੇ ਮੇਰੀ ਮਾਸੀ ਦੀ ਕੁੜੀ ਨੂੰ ਉੱਥੇ ਸੇਹ ਮਿਲਣ, ਅਤੇ ਫਿਰ ਇੱਥੇ ਆ ਗਏ ਚੋਰੀ ਚੋਰੀ ਆ ਕੇ ਨਾ ਇਹਨਾਂ ਨੇ ਸਰਪ੍ਰਾਈਜ਼ ਦਿੱਤਾ। ਜਾਂ ਭੈਣ ਭਾਈ ਨਾ ਇੱਕਣ ਕੋਈ ਸਰਪ੍ਰਾਈਜ਼ ਦੇਵੇ ਬੜਾ ਵਧੀਆ ਲੱਗਦਾ, ਹੈ ਨਾ। ਮੈਨੂੰ ਬਿਲਕੁਲ ਪਤਾ ਨਹੀਂ ਸੀ, ਬਸ ਚੋਰੀ ਚੋਰੀ ਛਾਪਾ ਮਾਰਤਾ ਆ ਕੇ ਆਏ ਹੋ ਗਿਆ ਮੈਨੂੰ, ਹੈ ਵੀ ਇਹ ਕਿੱਧਰੋਂ ਆ ਗਏ, ਜਾਂ ਐਂ ਗੇਟ 'ਤੇ ਹੀ ਪਤਾ ਲੱਗਿਆ ਬਸ, ਜਾਂ ਗੇਟ ਲਾ ਜੀ। ਇੱਥੇ ਆਪਾਂ ਕੱਢ ਕੇ ਹਟੇ ਹਾਂ ਫਰੂਟ, ਕਿਉਂਕਿ ਸਿਓ ਨੇ ਨਾ ਕਾਫੀ ਜ਼ਿਆਦਾ ਇਕੱਠੇ ਹੋ ਗਏ, ਮੈਂ ਮੰਮੀ ਹੋਣਾ ਤੋਂ ਵੀ ਮੰਗਾ ਲਏ ਸੀਗੇ, ਜਾਂ ਫਿਜ਼ੀਓਥੈਰੇਪੀ ਕਰਾਉਣ ਜਾਂਦੇ ਨੇ, ਹੈ ਨਾ। ਅਤੇ ਇੱਥੇ ਅੱਜ ਮੰਮੀ ਹੋਣੀ ਵੀ ਲੈ ਆਏ ਦੁਬਾਰਾ, ਹੈ ਨਾ, ਪੇਕਿਆਂ ਵਾਲੇ ਮੰਮੀ ਹੋਣੀ ਵੀ ਲਿਆਏ, ਮਾਮਾ ਜੀ ਦੀ ਕੁੜੀ ਜਿਵੇਂ ਤੁਹਾਨੂੰ ਦਿਖਾਇਆ। ਅੱਜ ਨਾ ਚੋਰੀ ਚੋਰੀ ਛਾਪਾ ਮਾਰ ਲਿਆ ਉਹਨਾਂ ਨੇ, ਮੈਨੂੰ ਦੱਸਿਆ ਨਹੀਂ ਹੈਗਾ ਵੀ ਅਸੀਂ ਆ ਰਹੇ ਹਾਂ, ਚੋਰੀ ਚੋਰੀ ਉਹ ਛਾਪਾ ਮਾਰ ਲਿਆ। ਮੈਂ ਹਜੇ ਉਹਨਾਂ ਨੂੰ ਹੱਸਦੀ ਸੀ, ਮੈਂ ਕਿਹਾ ਜੀ ਮੈਂ ਘਰੇ ਹੀ ਨਾ ਹੁੰਦੀ, ਫਿਰ ਤੁਸੀਂ ਕੀ ਕਰਦੇ, ਕਹਿੰਦੇ ਨਹੀਂ ਤੂੰ ਕਿੱਥੇ ਜਾਣਾ ਸੀ, ਸਾਨੂੰ ਪਤਾ ਹੀ ਸੀਗਾ ਵੀ ਤੂੰ ਘਰੇ ਹੀ ਹੋਏਗੀ। ਅਤੇ ਚਲੋ ਟਾਈਮ ਗੱਲਾਂ ਬਾਤਾਂ ਮਾਰੀਆਂ, ਫਿਰ ਆਪਾਂ ਕੋਈ ਵੀਡੀਓ। ਫਰਿੱਜ ਸਾਫ਼ ਕਰਕੇ ਹਜੇ ਮੈਂ ਨਹਾ ਕੇ ਆਈ ਹੋ ਸੀਗੀ, ਜਾਨੂੰ ਉਹ ਆ ਗਈ, ਮੈਨੂੰ ਐਂ ਲੱਗਿਆ ਵੀ ਗੇਟ ਕੌਣ ਖੜਕਾਉਂਦਾ, ਜਦ ਹੋਰਨ ਵੱਜਿਆ ਗੱਡੀ ਦਾ, ਹੈ ਨਾ, ਆਇਆ ਤਾਂ ਹੀ ਪਤਾ ਲੱਗਿਆ ਬਸ। ਕਹਿੰਦੀ ਅੱਜ ਅਸੀਂ ਕਿਹਾ ਚੋਰੀ ਚੋਰੀ ਉਹ ਛਾਪਾ ਮਾਰੀਏ ਵੀ ਕੀ ਕਰਦੀ ਆ, ਵੀ ਕਿਤੇ ਕੜਾਹੀ ਕੜੂਹੀ ਹੋਏ ਨਾ ਚਾੜੀ ਬੈਠੀ ਹੋਵੇ। ਮੈਂ ਕਿਹਾ ਨਹੀਂ ਬਈ ਚਾੜੀ ਤਾਂ ਹੈ ਨਹੀਂ, ਜੇ ਤੁਸੀਂ ਕਹਿੰਦੇ ਹੋ ਚਾੜ ਲੈਂਦੇ ਹਾਂ ਆਪਾਂ, ਕਹਿੰਦੇ ਨਹੀਂ ਅਸੀਂ ਨਹੀਂ। ਅਤੇ ਉਹ ਵੀ ਮੇਰੀ ਮਾਸੀ ਦੀ ਕੁੜੀ ਨੂੰ ਇੱਥੇ ਕੋਲ ਮਿਲਣ ਆਏ ਸੀ, ਜਿਵੇਂ ਤੁਹਾਨੂੰ ਦੱਸਿਆ ਸੀ ਮੈਂ ਪਿਛਲੀਆਂ ਵੀਡੀਓ 'ਚ ਵੀ ਜਿਹੜਾ ਕੋਈ ਉਹਨੂੰ ਮਿਲਣ ਆਉਂਦਾ ਫਿਰ ਆਪਣੇ ਕੋਲ ਵੀ ਆ ਜਾਂਦਾ, ਆਪਣਾ ਫਾਇਦਾ ਹੈ ਜੀ, ਆਪਣੇ ਬਾਰੇ ਨਿਆਰੇ ਨੇ ਆਪਣੇ ਵੀ ਕੋਲ ਵੀ ਮਿਲ ਜਾਂਦੇ ਨੇ, ਹੈ ਨਾ। ਬੜਾ ਵਧੀਆ ਲੱਗਦਾ ਜਾਂ ਭੈਣ ਭਾਈ ਆਉਂਦੇ ਨੇ, ਹੈ ਨਾ, ਇੱਦਾਂ ਪਿਆਰ ਦੀ ਗੱਲ ਹੁੰਦੀ ਹੈ ਜੀ, ਮੁੜਨ ਨੂੰ ਤਾਂ ਹੈ ਨਾ ਉੱਥੋਂ ਵੀ ਮੁੜ ਸਕਦਾ ਅਗਲਾ, ਪਰ ਫਿਰ ਵੀ ਪਿਆਰ ਹੁੰਦਾ ਜੇ ਆਪਣੀ, ਜਿਹੜੀ ਕਹਿੰਦੇ ਹੁੰਦੇ ਨੇ ਖਿੱਚ ਆ, ਇਹ ਖਿੱਚੇ ਲਿਆਉਂਦੀ ਹੁੰਦੀ ਆ ਵੀ ਚੱਲ ਕੋਲ ਆਏ ਹੋਏ ਹਾਂ, ਕਾਹਨੂੰ ਮੁੜਨਾ ਵੀ ਉਹ ਕੁੜੀ ਨੂੰ ਵੀ ਮਿਲਿਆ ਜੀ, ਹੈ ਨਾ। ਅਤੇ ਗੱਲਾਂ ਬਾਤਾਂ ਮਾਰੀਆਂ ਜੀ, ਆਪਾਂ ਬੈਠ ਕੇ ਵਾਹਵਾ, ਹੈ ਨਾ, ਟਾਈਮ ਉਹਨਾਂ ਨਾਲ ਲਾਇਆ, ਘੰਟਾ ਡੇਢ ਘੰਟਾ ਦੋ ਘੰਟੇ ਹੋ ਗਏ ਸੀ ਸ਼ਾਇਦ ਲਾ ਗਏ ਸੀਗੇ, ਹੈ ਨਾ, ਵੀ ਨਿਮਰ ਨੂੰ ਖਿਲਾਇਆ। ਉਹਦੀ ਬੇਟੀ ਬਹੁਤ ਪਿਆਰੀ ਹੈ ਜੀ, ਨਿਮਰ ਆ ਮੇਰੇ ਮਾਮੇ ਦੀ ਕੁੜੀ ਦੀ ਕੁੜੀ ਆ ਜਿਹੜੀ, ਗਾਹਾਂ ਉਹਦਾ ਨਾਮ ਨਿਮਰ ਆ, ਬਹੁਤ ਕਿਊਟ ਆ, ਬਹੁਤ ਪਿਆਰੀ ਆ, ਪਰ ਅੱਜ ਫੋਨ 'ਚ ਲੱਗੀ ਹੋਈ ਸੀਗੀ, ਪਹਿਲਾਂ ਖੇਲ ਵੀ ਲਈ ਸੀ, ਨੱਚ ਕੇ ਵੀ ਦਿਖਾਤਾ, ਸਾਰਾ ਕੁਛ ਕਰ ਲਿਆ, ਫਿਰ ਫੋਨ 'ਚ ਲੱਗ ਗਈ ਸੀਗੀ। ਅਤੇ ਲਓ ਜੀ, ਗੱਲਾਂ ਬਾਤਾਂ ਆਪਾਂ ਬਹੁਤ ਮਾਰ ਲਈਆਂ, ਵੀਡੀਓ ਮੈਂ ਕਿਹਾ ਸ਼ੁਰੂ ਕੀਤੀ ਹੋਈ ਸੀ, ਐਂਡ ਕਰ ਦਈਏ ਹੁਣ, ਹੁਣ ਮੈਂ ਵੀ ਰੈਸਟ ਕਰਦੀ ਹਾਂ ਥੋੜ੍ਹਾ ਕੁ ਚਿਰ, ਅਤੇ ਵੀਡੀਓ ਦਾ ਕਰਾਂਗੇ ਜੀ ਹੁਣ ਆਪਾਂ ਐਂਡ। ਵੀਡੀਓ ਤੁਹਾਨੂੰ ਥੋੜ੍ਹੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ, ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ, ਜਲਦੀ ਜਲਦੀ 10K ਕਰਾ ਦਿਓ, ਬਹੁਤ ਛੋਟਾ ਜਿਹਾ ਉਹ ਰਹਿੰਦਾ ਹੈ ਪਰ ਉਹੀ ਪੂਰੇ ਹੋਣ 'ਚ ਨਹੀਂ ਆਉਂਦੇ ਹੁਣ। ਮਿਲਦੇ ਹਾਂ ਜੀ ਹੋਰ ਨਵੀਂ ਵੀਡੀਓ 'ਚ, ਓਕੇ ਜੀ, ਬਾਏ ਬਾਏ, ਟੇਕ ਕੇਅਰ।